ਸਾਡੀ ਜਾਤੀ ਲੜਾਈ ਨਹੀਂ ਹੈਗੀ ਵਾਰਡਨ ਸਾਹਿਬ ਦੇ ਨਾਲ, ਨਾ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਕੋਈ ਲੜਾਈ ਹੈ। ਸਾਡੀ ਲੜਾਈ ਤਾਂ ਇੱਥੋਂ ਦੇ ਸਿਸਟਮ ਦੇ ਖਿਲਾਫ ਹੈ। ਇੱਥੋਂ ਦਾ ਸਿਸਟਮ ਸਿਰਫ ਕੁੜੀਆਂ ਦੇ ਖਿਲਾਫ ਨਹੀਂ ਹੈਗਾ, ਇੱਥੋਂ ਦਾ ਸਿਸਟਮ ਸਟੂਡੈਂਟਸ ਦੇ ਖਿਲਾਫ ਹੈ। ਬੰਦਾ ਇਨਸਾਨ ਤੁਰਿਆ ਜਾਂਦਾ, ਉਹਨੂੰ ਲੱਗਦਾ ਕਿ ਧੂੜ ਧੂੜ ਹੈ, ਪਰ ਜਦੋਂ ਧੂੜ ਹਨੇਰੀ ਵੱਜ ਕੇ ਅੱਖਾਂ 'ਚ ਵੱਜਦੀ ਹੈ ਨਾ, ਫਿਰ ਉਹਨੂੰ ਅੱਖਾਂ ਉਹਦੀਆਂ ਖੁੱਲਦੀਆਂ ਨੇ ਕਿ ਯਾਰ ਮੈਂ ਗਲਤ ਉਸ ਤਰ੍ਹਾਂ ਇੱਕ ਤਰੀਕੇ ਦਾ ਕੁਛ ਕਿਸ਼ ਨਾ ਵਰਤੀ ਰਿਹਾ ਕੀਤਾ। ਏਦਾਂ ਹੀ ਪ੍ਰੋਟੈਸਟ ਚੱਲਦਾ ਰਹੂਗਾ ਜਦ ਤੱਕ ਵੀ ਸਾਡੀ ਆਵਾਜ਼ ਉਹਨਾਂ ਦੇ ਕੰਨੀ ਨਹੀਂ ਪਹੁੰਚਦੀ, ਜਦ ਤੱਕ ਉਹ ਨਹੀਂ ਹਿਲਦੇ, ਜਦ ਤੱਕ ਉਹ ਤਮੰਨਾ ਸ਼ਰਾਵਤ ਨੂੰ ਇਹ ਹਿਸਾਬ ਨਹੀਂ ਸਿਖਾਉਂਦੇ। ਕੁੜੀਆਂ ਦੇ ਰੂਮ 'ਚ ਜਾ ਕੇ ਸਪੈਸ਼ਲੀ ਉਹਨਾਂ ਨੂੰ ਆਹ ਗੱਲ ਕਹਿ ਕਹਿ ਕੇ ਵੀ ਤੁਸੀਂ ਇਹਨਾਂ ਮੁੰਡਿਆਂ 'ਤੇ ਪਰਚਾ ਕਰੋ, ਸੈਕਸ਼ੁਅਲ ਹਰਾਸਮੈਂਟ ਦਾ ਪਰਚਾ ਪਾ ਦਿਓ, ਸਾਨੂੰ ਛੇੜਿਆ, ਟੱਚ ਕੀਤਾ ਜਾਂ ਕੁਛ ਵੀ ਕੀਤਾ। ਦੇਖੋ ਜੀ, ਇਹ ਮਸਲਾ ਪਹਿਲਾਂ ਸ਼ੁਰੂਆਤ ਕਿਸੇ ਹੋਰ ਚੀਜ਼ ਤੋਂ ਹੋਈ ਸੀਗੀ, ਉਹ ਚੀਜ਼ ਤਾਂ ਨਾਲ ਜੁੜਦੀ ਹੋਈ, ਹੋਰ ਉਹਦੇ ਨਾਲ ਹੋਰ ਕੜੀਆਂ ਜੁੜ ਗਈਆਂ। ਤਮੰਨਾ ਸ਼ਰਾਵਤ 4 ਨੰਬਰ ਹੋਸਟਲ ਦੀ ਵਾਰਡਨ ਸੀਗੀ, ਅਤੇ ਵਾਰਡਨ ਦਾ ਜਿਹੜਾ ਰਵੱਈਆ ਸੀਗਾ ਉਹ ਸਟਾਫ ਅਤੇ ਸਟੂਡੈਂਟ ਦੇ ਪ੍ਰਤੀ ਬੜਾ ਗਲਤ ਸੀਗਾ। 13 ਟ੍ਰਾਂਸਫਰ 1 ਸਾਲ ਦੇ ਵਿੱਚ ਹੋ ਗਈ ਹੈ। ਮਾਲੀ ਹੋਵੇ, ਕੋਈ ਸਟਾਫ ਮੈਂਬਰ ਹੋਵੇ, ਅਸਿਸਟੈਂਟ ਵਾਰਡਨ, ਸਫਾਈ ਕਰਮਚਾਰੀ, ਸਾਰਿਆਂ ਨੂੰ ਤੰਗ ਕਰਕੇ ਰੱਖਣਾ। ਜਿਹੜੇ ਸਟਾਫ ਕਰਮਚਾਰੀ ਘਰੇ ਕੰਮ ਕਰਦੇ ਸੀਗੇ ਠੀਕ ਸੀਗਾ, ਜਿਸ ਦਿਨ ਉਹਨਾਂ ਨੇ ਮਨਾ ਕਰਤਾ ਉਹਨਾਂ ਸਟਾਫ ਕਰਮਚਾਰੀਆਂ ਨੂੰ ਟ੍ਰਾਂਸਫਰ ਕਰ ਦਿੱਤਾ। ਤੇ ਕੁੜੀਆਂ ਨੂੰ ਹਰਾਸਮੈਂਟ ਕਰਨਾ, ਮੈਸ ਕੰਟੀਨ ਇੱਕ ਹੋਸਟਲ ਦੀ, ਅੱਜ ਤੱਕ ਇਤਿਹਾਸ 'ਚ ਨਹੀਂ ਹੋਇਆ ਕਿਸੇ ਹੋਸਟਲ ਦੀ ਮੈਸ ਕੰਟੀਨ ਬੰਦ ਕਰ ਦੇਣਾ। ਇੱਕ ਗੂੰਗਾ ਬਹਿਰਾ ਬੰਦਾ ਜਿਹੜਾ 10 ਸਾਲ ਤੋਂ ਇੱਥੇ ਕੰਮ ਕਰਦਾ ਸੀ ਉਹਦੀ ਟ੍ਰਾਂਸਫਰ ਕਰ ਦੇਣਾ, ਜਿਹਦੇ ਪ੍ਰਤੀ ਕੁੜੀਆਂ ਦੀ ਹਮਦਰਦੀ ਸੀ। ਗੱਲਾਂ ਬਹੁਤ ਵੱਡੀਆਂ ਲਿਖੀਆਂ ਨੇ, ਪਰ ਲੱਗਦਾ ਨਹੀਂ ਤੁਹਾਨੂੰ ਕਿ ਜਿਵੇਂ ਇੱਕ ਵਾਰਡਨ ਦੇ ਨਾਲ ਮਸਲਾ ਹੋ ਜਾ ਹੋਇਆ, ਤੁਹਾਨੂੰ ਲੱਗਦਾ ਵੀ ਇੰਨੀਆਂ ਵੱਡੀਆਂ ਗੱਲਾਂ ਲਿਖਣੀਆਂ ਜ਼ਰੂਰੀ ਨੇ? ਹਮੇ ਆਪਣਾ ਹੱਕ ਚਾਹੀਏ ਤੋ ਇਹ ਚੀਜ਼ ਕਰਨੀ ਜ਼ਰੂਰੀ ਹੈ, ਤਾਂ ਕਿ ਵਾਰਡਨ ਕੋ ਵੀ ਪਤਾ ਚੱਲੇ। ਇੰਟਰਨੈਸ਼ਨਲੀ ਵੀ ਇੱਥੇ ਸਟੂਡੈਂਟ ਆ ਕੇ ਪੜ੍ਹਦਾ ਹੈ, ਅਤੇ ਤੁਸੀਂ ਉਹਨਾਂ ਨੂੰ ਕੀ ਕੀ ਪੰਜਾਬ ਯੂਨੀਵਰਸਿਟੀ ਦਾ ਤੁਸੀਂ ਨਾਮ ਬਦਨਾਮ ਕਰ ਰਹੇ ਹੋ ਇੱਕ ਤਰ੍ਹਾਂ ਦਾ। ਮੁੰਡਿਆਂ ਨੂੰ ਐਜੂਕੇਟ ਕਰ ਰਹੇ ਹਾਂ ਕਿ ਤਾਂ ਕਿ ਅਸੀਂ ਕ੍ਰਾਈਮ ਰੇਟ ਜਿਹੜਾ ਸੋਸਾਇਟੀ ਦੇ ਵਿੱਚ ਹੈਗਾ ਇੰਨਾ ਜ਼ਿਆਦਾ ਉਹਨੂੰ ਘੱਟ ਕਰੀਏ। ਸਤਿ ਸ਼੍ਰੀ ਅਕਾਲ। ਕਈ ਦਿਨ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨਾ ਲੱਗਿਆ ਹੋਇਆ ਕੁੜੀਆਂ ਦੇ ਹੋਸਟਲ ਦੇ ਬਾਹਰ, ਆਹ ਤਸਵੀਰਾਂ ਰਹੇਗੀਆਂ, ਕਿਉਂਕਿ ਮਸਲਾ ਜੇ ਕਹੀਏ ਤਾਂ ਹੌਲੀ ਹੌਲੀ ਜਿਉਂ ਜਿਉਂ ਦਿਨ ਪੈਂਦੇ ਗਏ ਤਾਂ ਉਸੇ ਤਰ੍ਹਾਂ ਦੇ ਨਾਲ ਮਸਲਾ ਵੀ ਥੋੜ੍ਹਾ ਜਿਹਾ ਬਦਲਦਾ ਗਿਆ। ਹੁਣ ਅਸੀਂ ਕੁੜੀਆਂ ਦੇ ਹੋਸਟਲ ਦੇ ਮੂਹਰੇ ਖੜੇ ਹੈਗੇ, ਅਤੇ ਹੋਸਟਲ ਦੇ ਬਾਹਰ ਦੀਆਂ ਤਸਵੀਰਾਂ ਪਹਿਲਾਂ ਤੁਸੀਂ ਦੇਖ ਲਓ ਕਿ ਅਲੱਗ ਅਲੱਗ ਨਾਰੇ ਲਿਖੇ ਹੋਏ ਨੇ, ਤਾਂ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਉਂਦੇ ਕੁਛ ਮਹੀਨਿਆਂ ਦੇ ਵਿੱਚ, ਕਿਉਂਕਿ ਕੋਰੋਨਾ ਕਾਲ ਦੇ ਦੌਰਾਨ ਜੇ ਕਿਹਾ ਜਾਵੇ ਤਾਂ ਇਲੈਕਸ਼ਨ ਜਿਹੜੀ ਯੂਨੀਵਰਸਿਟੀ ਦੀ ਹੁੰਦੀ ਹੈ ਸਟੂਡੈਂਟ ਕੌਂਸਲ ਦੀ, ਉਹ ਨਹੀਂ ਹੋਈ ਹੈਗੀ, ਪਰ ਉਦੋਂ ਬਾਅਦ ਹੁਣ ਇਲੈਕਸ਼ਨਾਂ ਦਾ ਦੌਰ ਵੀ ਹੈ, ਅਤੇ ਨਾਲ ਨਾਲ ਮਸਲਾ ਕੀ ਮਸਲਾ ਜੇ ਤੁਸੀਂ ਦੇਖੋ ਕਿ ਜਿਵੇਂ ਕੁੜੀਆਂ ਨੇ ਜਿਹੜੀਆਂ ਉਰੇ ਬੱਚੇ ਬੈਠੇ ਨੇਗੇ, ਸਾਰੇ ਪ੍ਰੋਟੈਸਟ ਲਗਾਤਾਰ ਚੱਲ ਰਿਹਾ ਦਿਨ ਰਾਤ ਦਾ, ਅਤੇ ਮਸਲਾ ਵੀ ਨਾਲ ਨਾਲ ਇਹਨਾਂ ਨੂੰ ਸਮਝ ਲਾਂਗੇ ਕਿ ਆਖਿਰ ਪੂਰਾ ਮਸਲਾ ਹੈ ਕਿ ਜਿਸ ਤੋਂ ਬਾਅਦ ਇਹ ਵਿਵਾਦ ਖੜਾ ਹੁੰਦਾ। ਪੋਸਟਰ ਕਈ ਤਰ੍ਹਾਂ ਦੇ ਲੱਗੇ ਨੇ ਸਚਿਨ, ਮਸਲਾ ਪਹਿਲਾਂ ਦੇਖੀਏ ਕਿ ਪਹਿਲਾਂ ਮਸਲਾ ਕੁਝ ਹੋਰ ਜਾਪਦਾ ਸੀ, ਅਤੇ ਹੁਣ ਮਸਲਾ ਹੌਲੀ ਹੌਲੀ ਦਿਨ ਜਿਉਂ ਜਿਉਂ ਦਿਨ ਪਏ ਮਸਲਾ ਵੀ ਬਦਲ ਗਿਆ? ਜੇ ਦੇਖੋ ਜੀ, ਇਹ ਮਸਲਾ ਪਹਿਲਾਂ ਸ਼ੁਰੂਆਤ ਕਿਸੇ ਹੋਰ ਚੀਜ਼ ਤੋਂ ਹੋਈ ਸੀਗੀ, ਉਹ ਚੀਜ਼ ਤਾਂ ਨਾਲ ਜੁੜਦੀ ਹੋਈ, ਉਹਦੇ ਨਾਲ ਹੋਰ ਕੜੀਆਂ ਜੁੜਦੀਆਂ ਨੇ। ਬੇਸਿਕਲੀ ਇੱਕ ਵਾਰਡਨ ਤਮੰਨਾ ਸ਼ਰਾਵਤ 4 ਨੰਬਰ ਹੋਸਟਲ ਦੀ ਵਾਰਡਨ ਸੀਗੀ, ਅਤੇ ਵਾਰਡਨ ਦਾ ਜਿਹੜਾ ਰਵੱਈਆ ਸੀਗਾ ਉਹ ਸਟਾਫ ਅਤੇ ਸਟੂਡੈਂਟ ਦੇ ਪ੍ਰਤੀ ਬੜਾ ਗਲਤ ਸੀਗਾ। 13 ਟ੍ਰਾਂਸਫਰ 1 ਸਾਲ ਦੇ ਵਿੱਚ ਹੋ ਗਈ ਹੈ। ਮਾਲੀ ਹੋਵੇ, ਕੋਈ ਸਟਾਫ ਮੈਂਬਰ ਹੋਵੇ, ਅਸਿਸਟੈਂਟ ਵਾਰਡਨ, ਸਫਾਈ ਕਰਮਚਾਰੀ, ਸਾਰਿਆਂ ਨੂੰ ਤੰਗ ਕਰਕੇ ਰੱਖਣਾ। ਜਦ ਤੱਕ ਜਿਹੜੇ ਸਟਾਫ ਕਰਮਚਾਰੀ ਘਰੇ ਕੰਮ ਕਰਦੇ ਸੀਗੇ ਠੀਕ ਸੀਗਾ, ਜਿਸ ਦਿਨ ਉਹਨਾਂ ਨੇ ਮਨਾ ਕਰਤਾ ਉਹਨਾਂ ਸਟਾਫ ਕਰਮਚਾਰੀਆਂ ਨੂੰ ਟ੍ਰਾਂਸਫਰ ਕਰਤੀ, ਧੱਕੇ ਨਾਲ ਘਰੇ ਕੰਮ ਕਰਾਉਣਾ, ਫਿਰ ਉਹਨਾਂ ਤੋਂ ਹੋਸਟਲ ਦਾ ਜਿਹੜਾ ਸਮਾਨ ਸੀ ਘਰੇ ਲੈ ਕੇ ਜਾਣਾ, ਅਤੇ ਸਟੂਡੈਂਟ ਸੀ ਜੇ ਉਹਨਾਂ ਨੂੰ ਹਰਾਸਮੈਂਟ ਕਰਨਾ, ਉਹਨਾਂ ਨੇ ਐਪਲੀਕੇਸ਼ਨ ਲਿਖ ਕੇ ਦਿੱਤੀ ਵੀ ਸਾਨੂੰ ਤੰਗ ਕਰਦੇ ਨੇ। ਇੱਕ ਗੂੰਗਾ ਬਹਿਰਾ ਬੰਦਾ ਜਿਹੜਾ 10 ਸਾਲ ਤੋਂ ਇੱਥੇ ਕੰਮ ਕਰਦਾ ਸੀ ਉਹਦੀ ਟ੍ਰਾਂਸਫਰ ਕਰ ਦੇਣਾ, ਜਿਹਦੇ ਪ੍ਰਤੀ ਕੁੜੀਆਂ ਦੀ ਹਮਦਰਦੀ ਸੀਗੀ, ਕੋਈ 50-100 ਰੁਪਇਆ ਦੇ ਕੇ ਉਹਨੂੰ ਹੈਲਪ ਕਰਦੀ ਸੀਗੀ, ਅਤੇ ਉਹਨੂੰ ਟ੍ਰਾਂਸਫਰ ਕਰਤਾ। ਅਤੇ ਕੁੜੀਆਂ ਨੂੰ ਹਰਾਸਮੈਂਟ ਕਰਨਾ, ਮੈਸ ਕੰਟੀਨ ਇੱਕ ਹੋਸਟਲ ਦੀ, ਅੱਜ ਤੱਕ ਇਤਿਹਾਸ 'ਚ ਨਹੀਂ ਹੋਇਆ ਕਿਸੇ ਹੋਸਟਲ ਦੀ ਮੈਸ ਕੰਟੀਨ ਬੰਦ ਕਰ ਦੇਣਾ, ਛੋਟੀ ਜਿਹੀ ਗੱਲ ਪਿੱਛੇ ਉਹਨੂੰ ਧਮਕੀ ਦੇਣਾ ਵੀ ਕੋਈ ਗੱਲ ਕਰਨ ਆਵੇ ਤਾਂ ਉਹਨੂੰ ਕਹੇ ਤੇਰੇ 'ਤੇ ਪਰਚਾ ਦੇ ਦੂੰਗੀ ਵੂਮਨ ਕਾਰਡ ਖੇਲ ਕੇ। ਅਤੇ ਇਹਨਾਂ ਚੀਜ਼ਾਂ ਦੇ ਖਿਲਾਫ NSU ਪਾਰਟੀ ਨੇ 5 ਦਿਨ ਪਹਿਲਾਂ ਧਰਨਾ ਲਾਇਆ ਸੀਗਾ, ਉਹ ਧਰਨਾ ਲਾਇਆ ਜਦੋਂ ਉਸ ਤੋਂ ਬਾਅਦ ਮੈਡਮ ਨੇ ਇੱਕ ਫੇਕ ਕੰਪਲੇਂਟ ਆਪਣੇ ਵੱਲੋਂ ਆਪਣੇ ਆਪ ਨੂੰ ਕੰਪਲੇਂਟ ਦਿੱਤੀ ਵੀ ਵੀ ਜਿਹੜੇ ਮੁੰਡੇ ਆਏ ਸੀਗੇ ਉਹਨਾਂ ਨੇ ਹੋਸਟਲ ਦੀਆਂ ਕੁੜੀਆਂ ਨੂੰ ਛੇੜਿਆ ਹੈ, ਤੇ ਇਹ ਕੰਪਲੇਂਟ ਉਹਨੇ ਝੂਠੀ ਆਪਦੇ ਆਪ ਨੂੰ ਲਿਖੀ, ਕੋਈ ਕੁੜੀ ਇਹੋ ਜਿਹੀ ਨਹੀਂ ਸੀਗੀ, 100 ਫੋਨ ਉੱਥੇ ਆਨ ਸੀਗੇ, ਕੈਮਰਾ ਉੱਥੇ ਆਨ ਸੀਗਾ, CCTV ਸਿਕਿਉਰਿਟੀ ਗਾਰਡ ਸਾਰੇ ਸੀਗੇ, ਤੇ ਉਹਨੇ ਜਾਣ ਕੇ ਆਵਾਜ਼ ਨੂੰ ਦਬਾਉਣ ਦੇ ਲਈ ਵੀ ਮੁੰਡੇ ਦੇ ਦੌਰਾਨ ਹੋਇਆ ਇਹ ਸਾਰਾ ਕੁਛ ਜਾਂ ਵੈਸੇ ਬਾਕੀ ਕਿਸੇ ਦਿਨ? ਇਹ ਪ੍ਰੋਟੈਸਟ ਹੋਈ, ਪ੍ਰੋਟੈਸਟ ਦੇ ਦੌਰਾਨ ਦਾ ਇੰਸੀਡੈਂਟ ਸੀ, ਉਹਨੇ ਆਪ ਮੁੰਡਿਆਂ ਦੇ ਕੁੜੀਆਂ ਦੀ ਆਵਾਜ਼ ਨੂੰ ਦਬਾਉਣ ਲਈ ਵੀ ਮੈਂ ਇੱਕ ਵੂਮਨ ਕਾਰਡ ਪਲੇ ਕਰਾਂ ਤੇ ਡਰਾ ਕੇ ਇਹਨਾਂ ਨੂੰ, ਇਹਨਾਂ ਦੀ ਆਵਾਜ਼ ਨੂੰ
ਰੋਕਾ ਉਹਨੇ ਆਪਦੇ ਆਪ ਨੇ ਫੇਕ ਕੰਪਲੇਂਟ ਫਾਈਲ ਕਰ ਲਈ ਤੇ ਮੁੱਦਾ ਇਸ ਤੋਂ ਗਰਮਾਇਆ ਵੀ ਕੀ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਸਟੂਡੈਂਟਸ ਕੁੜੀਆਂ ਤੇ ਮੁੰਡੇ ਤੇ ਉਸ ਤੋਂ ਬਾਅਦ ਇੱਕ ਇਨੀਸ਼ੀਏਟਿਵ ਲੈ ਕੇ ਅਸੀਂ ਸਾਰੇ ਇੱਕ ਇਨੀਸ਼ੀਏਟਿਵ ਲਿਆ ਸੀ ਉਸ ਦੇ ਵੀ ਸਾਰੀ ਪਾਰਟੀਆਂ ਨੇ ਜੁਆਇਨ ਕਰਿਆ ਯੂਨੀਵਰਸਿਟੀ ਦੀ ਤੇ ਜਿਹੜੀ ਮੁਹਿੰਮ ਚੱਲੀ ਹੈ ਬੇਸਿਕਲੀ ਵੀ ਇਸ ਵਾਰਡਨ ਨੂੰ ਹਟਾਈਏ ਤੇ ਜਿਹੜਾ ਇੱਕ ਡਿਕਟੇਟਰਸ਼ਿਪ ਰਵਈਆ ਬੀਜੇਪੀ ਸਰਕਾਰ ਦਾ ਬੇਸਿਕਲੀ ਟਾਰਗੇਟ ਅਸੀਂ ਬੀਜੇਪੀ ਨੂੰ ਕਰ ਰਹੇ ਹਾਂ ਕਿਉਂਕਿ ਸੱਤੇਪਾਲ ਜੈਨ ਦੀ ਡਾਇਰੈਕਟ ਇਨਵੋਲਵਮੈਂਟ ਹੈ ਅਥਾਰਟੀਆਂ ਨੇ ਸਾਫ਼ ਕਹਿਤਾ ਵੀ ਅਸੀਂ ਨਹੀਂ ਲਾਇਆ ਇਹਨੂੰ ਵੀਸੀ ਵੀਸੀ ਸਾਹਿਬ ਸੱਤੇਪਾਲ ਜੈਨ ਦੇ ਹੱਥ ਦੇ ਵਿੱਚ ਹੈ ਅਸੀਂ ਇਹਨੂੰ ਬਦਲਣਾ ਚਾਹੁੰਦੇ ਹਾਂ ਬਟ ਪ੍ਰੋਬਲਮ ਕੀ ਹੈ ਹਾਇਰ ਅਥਾਰਟੀਆਂ ਬੀਜੇਪੀ ਦੀ ਇਨਵੋਲਵ ਹੈ ਇੱਕ ਪਾਸੇ ਤਾਂ ਇਹ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਦੂਜੇ ਪਾਸੇ ਬੇਟੀਆਂ ਦੇ ਨਾਲ ਹੀ ਇਹ ਦੇਖੋ ਕਿ ਕਿਸ ਤਰੀਕੇ ਦਾ ਇਹ ਇੱਕ ਵਰਤ ਰਹੇ ਹਾਂ ਵੀ ਕਿਸ ਤਰੀਕੇ ਦੀ ਸ਼ਬਦਾਵਲੀ ਯੂਜ਼ ਕਰਦੇ ਹਾਂ ਕਿਸ ਤਰੀਕੇ ਦਾ ਵਿਵਹਾਰ ਯੂਜ਼ ਕਰ ਰਹੇ ਨੇ ਤੇ ਸਾਡਾ ਟਾਰਗੇਟ ਇਹ ਹੀ ਹੈ ਵੀ ਇਹ ਸਰਕਾਰ ਕਿੱਥੇ ਲੈ ਕੇ ਜਾ ਰਹੀ ਹੈ ਇੱਕ ਪਾਸੇ ਤੁਸੀਂ ਆਪਣੇ ਬੰਦਿਆਂ ਨੂੰ ਅਪੁਆਇੰਟ ਕਰ ਦਿਓ ਦੂਜੇ ਪਾਸੇ ਆਪਦੀਆਂ ਸਾਡੀਆਂ ਭੈਣਾਂ ਨੂੰ ਤੁਸੀਂ ਡਿਸਟਰਬ ਕਰ ਰਹੇ ਹੋ ਉਹਨਾਂ ਨੂੰ ਪਰੇਸ਼ਾਨ ਕਰ ਦਿਓ ਤੇ ਸਾਡੀ ਇੱਕੋ ਲੜਾਈ ਹੈ ਵੀ ਜਦ ਤੱਕ ਇਹ ਵਾਰਡਨ ਹਟਦੀ ਨਹੀਂ ਹੈ ਅਸੀਂ ਇਹ ਲੜਾਈ ਲੜਦੇ ਰਵਾਂਗੇ ਇਹਨੂੰ ਹਟਾ ਕੇ ਮੰਨਾਂਗੇ ਇਹ ਹੁਣ ਲਾਰਜ ਨੰਬਰ ਦੇ ਵਿੱਚ ਪ੍ਰੋਟੈਸਟ ਡੇ ਬਾਈ ਡੇ ਵੱਧਦੀ ਜਾ ਰਹੀ ਹੈ ਤੇ ਕੁੜੀਆਂ ਵੀ ਸਾਡੀਆਂ ਭੈਣਾਂ ਡਟ ਕੇ ਮੈਦਾਨ ਦੇ ਵਿੱਚ ਡਟੀ ਹੋਈਆਂ ਦੁਬਾਰੇ ਵੀ ਤੁਹਾਡੇ ਨਾਲ ਗੱਲ ਕਰੂੰਗਾ ਪਹਿਲਾਂ ਇਹਨਾਂ ਨੂੰ ਕਿਉਂਕਿ ਪੋਸਟਰ ਤਿਆਰ ਕਰ ਰਹੇ ਨੇ ਉਹ ਜਿਹੜਾ ਜੇ ਕਹੀਏ ਜਦੋਂ ਇਹ ਮਸਲਾ ਖੜਾ ਹੋਇਆ ਆਖਰਕਾਰ ਆ ਗਿਆ ਕਿ ਕੁੜੀਆਂ ਨੂੰ ਛੇੜਿਆ ਜੀ ਮੁੰਡਿਆਂ ਨੇ ਜੇ ਦੇਖਿਆ ਜਾਵੇ ਜਿਵੇਂ ਹੁਣ ਕਹਿ ਰਹੇ ਨੇ ਤੁਹਾਡੇ ਸਾਥੀ ਕੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਸੀ ਤੇ ਕੀ ਇਹ ਜਦੋਂ ਰਿਪੋਰਟ ਕਰਿਆ ਉਹਨਾਂ ਨੇ ਇਨਸੀਡੈਂਟ ਬੇਸ਼ੱਕ ਜਿਵੇਂ ਤੁਸੀਂ ਕਹਿੰਦੇ ਹੋ ਵੀ ਆਪ ਕਰਿਆ ਰਿਪੋਰਟ ਕਿਸੇ ਨੇ ਵੀ ਕਰਿਆ ਉਸ ਸਮੇਂ ਦੌਰਾਨ ਕੋਈ ਬਹਿਸਬਾਜੀ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਬਹਿਸਬਾਜੀ ਤਾਂ ਦੇਖੋ ਐਵੇਂ ਹੈ ਵੀ ਤਮੰਨਾ ਜਿਹੜੀ ਹੈਗੀ ਆ ਉਹ ਬਹੁਤ ਗਲਤ ਗਾਈਡ ਕਰਦੇ ਨੇ ਕੁੜੀਆਂ ਨੂੰ ਇਹ ਯੂਨੀਵਰਸਿਟੀ ਹੈਗੀ ਐਂਡ ਉਹ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਤਰੀਕੇ ਤੇ ਨਹੀਂ ਲੈ ਕੇ ਜਾ ਰਹੇ ਸ਼ੀ ਇਜ਼ ਫੀਲਿੰਗ ਲਾਈਕ ਕਿ ਉਹਨਾਂ ਦਾ ਪਰਸਨਲ ਪ੍ਰੀਮਾਈਸਿਸ ਹੈ ਜਿਹੜੇ ਵਰਕਰਸ ਨੇ ਉਹਨਾਂ ਨੂੰ ਆਪਦੇ ਘਰੇ ਲੈ ਕੇ ਚੱਲ ਜਾਣਾ ਵੀ ਤੁਸੀਂ ਮੇਰੇ ਲਈ ਕੰਮ ਕਰ ਲਓ ਜਾਂ ਵਰਕਰ ਜੇ ਡਿਨਾਇਲ ਦੇ ਦਿੰਦੇ ਆ ਵੀ ਨਹੀਂ ਅਸੀਂ ਇੱਥੇ ਹੀ ਕੰਮ ਕਰਨਾ ਅਸੀਂ ਤੁਹਾਡੇ ਘਰੇ ਜਾ ਕੇ ਨਹੀਂ ਕਰ ਸਕਦੇ ਤੇ ਉਹਨਾਂ ਦੇ ਅਗੇਂਸਟ ਕਰ ਦੇਣਾ ਉਹਨਾਂ ਨੂੰ ਵੀ ਹਾਂ ਨਹੀਂ ਤੁਸੀਂ ਤਾਂ ਇੱਥੇ ਵੀ ਕੰਮ ਨਹੀਂ ਕਰਦੇ ਤੁਸੀਂ ਛੱਡ ਕੇ ਚੱਲ ਜਾਓ ਐਂਡ ਰਹੀ ਗੱਲ ਇਹ ਵੀ ਇਹਨਾਂ ਨੇ ਹਰਾਸ ਕੀਤਾ ਹੈ ਨਹੀਂ ਹਾਂਜੀ ਇਹਨਾਂ ਨੇ ਬਿਲਕੁਲ ਕੀਤਾ ਕੁੜੀਆਂ ਦੇ ਰੂਮ 'ਚ ਜਾ ਕੇ ਸਪੈਸ਼ਲੀ ਉਹਨਾਂ ਨੂੰ ਆਹ ਗੱਲ ਕਹਿ ਕੇ ਵੀ ਤੁਸੀਂ ਇਹਨਾਂ ਮੁੰਡਿਆਂ 'ਤੇ ਪਰਚਾ ਕਰੋ ਸੈਕਸ਼ੁਅਲ ਹਰਾਸਮੈਂਟ ਦਾ ਪਰਚਾ ਪਾ ਦਿਓ ਸਾਨੂੰ ਛੇੜਿਆ ਟੱਚ ਕੀਤਾ ਜਾਂ ਕੁਛ ਵੀ ਕੀਤਾ ਜਸਟ ਪਲੇ ਅ ਵਿਕਟਿਮ ਕਾਰਡ ਐਂਡ ਪਰ ਨਾਰੇ ਜੇ ਲਿਖੇ ਤੁਸੀਂ ਬਹੁਤ ਵੱਡੇ ਲਿਖੇ ਹੋਏ ਨੇ ਜੇ ਜੇ ਨਾਲ ਜੇ ਕਹੀਏ ਕਿ ਮਸਲਾ ਚਾਹੇ ਇੱਕ ਵਾਰਡਨ ਦਾ ਪਰ ਤੁਸੀਂ ਦੇਸ਼ ਦੀ ਬੀਜੇਪੀ ਨੂੰ ਸਿੱਧੇ ਤੇ ਸਵਾਲ ਖੜੇ ਕਰਦੇ ਹੋ ਦੇਖੋ ਇਹ ਕਰਨਾ ਜ਼ਰੂਰੀ ਹੈ ਬਿਕਾਜ਼ ਅਸੀਂ ਆਪਦੀ ਕੁੜੀਆਂ ਨੂੰ ਮੁੰਡਿਆਂ ਨੂੰ ਐਜੂਕੇਟ ਕਰ ਰਹੇ ਹਾਂ ਕਿ ਤਾਂ ਕਿ ਅਸੀਂ ਕ੍ਰਾਈਮ ਰੇਟ ਜਿਹੜਾ ਸੁਸਾਇਟੀ ਦੇ ਵਿੱਚ ਹੈਗਾ ਇੰਨਾ ਜ਼ਿਆਦਾ ਉਹਨੂੰ ਘੱਟ ਕਰੀਏ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਚਾਹੇ ਉਹ ਟਰਾਂਸਜੈਂਡਰਸ ਹੋਣ ਚਾਹੇ ਉਹ ਕੁੜੀਆਂ ਹੋਣ ਚਾਹੇ ਉਹ ਮੁੰਡੇ ਹੋਣ ਕਿ ਤਾਂ ਕਿ ਕਿਤੇ ਫਰਕ ਨਾ ਹੋਵੇ ਅਸੀਂ ਇੱਕ ਵਧੀਆ ਫਿਊਚਰ ਵੱਲ ਜਾਣਾ ਚਾਹੁੰਦੇ ਹਾਂ ਲੇਕਿਨ ਜੇ ਇਹੋ ਜਿਹੇ ਲੋਕੀ ਤਮੰਨਾ ਸਹਿਰਾਵਤ ਵਰਗੇ ਲੋਕੀ ਸਾਨੂੰ ਡਿਸਟਰੈਕਟ ਕਰਨਗੇ ਸਾਨੂੰ ਗਲਤ ਰਾਹੀਂ ਪਹੁੰਚਾਉਣਗੇ ਸਾਨੂੰ ਗਲਤ ਸਿੱਖਿਆ ਦੇਣਗੇ ਤੇ ਸਾਨੂੰ ਐਂਟੀ ਕਰਨਗੇ ਆਪਣੇ ਕੰਮ ਕਢਾਉਣ ਲਈ ਦੈਨ ਵੀ ਹੈਵ ਟੂ ਸਟੈਂਡ ਐਂਡ ਰੇਜ਼ ਆਰ ਵੋਇਸ ਐਂਡ ਜੇ ਸਾਨੂੰ ਕੁੜੀਆਂ ਨੂੰ ਹੀ ਗਲਤ ਸਿਖਾਇਆ ਜਾ ਰਿਹਾ ਐਂਡ ਅਸੀਂ ਕੁੜੀਆਂ ਹੀ ਫਰਦਰ ਸਟੇਜ ਤੇ ਆ ਕੇ ਨਹੀਂ ਬੋਲ ਰਹੀਆਂ ਤੇ ਕਿਤੇ ਨਾ ਕਿਤੇ ਸਾਡੇ 'ਚ ਫਾਲਟ ਹੈਗਾ ਅਸੀਂ ਗਲਤ ਚੀਜ਼ ਨੂੰ ਇਨਲਾਈਟਨ ਕਰ ਰਹੇ ਹਾਂ ਰਾਦਰ ਦੈਨ ਇੱਥੇ ਅਸੀਂ ਸਾਰੇ NSUI ਵੱਲੋਂ ਆ ਕਰ ਫੁੱਲ ਸਪੋਰਟ ਦੇ ਨਾਲ ਇਹਨਾਂ ਕੁੜੀਆਂ ਦੇ ਲਈ ਬੈਠੇ ਆ ਤੇ ਹੁਣ ਮੇਨ ਕੀ ਡਿਮਾਂਡ ਰੱਖੀ ਆ ਤੁਸੀਂ ਕਿਉਂਕਿ ਚਲੋ ਇਹ ਮਸਲਾ ਜਦੋਂ ਉਲਝ ਗਿਆ ਖੈਰ ਉਸ ਮੇਰੇ ਖਿਆਲ ਚ ਕੰਪਲੀਟ ਤੇ ਕੋਈ ਐਕਸ਼ਨ ਹੋਇਆ ਜਾਂ ਨਹੀਂ ਤੇ ਦੂਸਰਾ ਕੀ ਹੁਣ ਫਿਰ ਤੁਸੀਂ ਕੀ ਡਿਮਾਂਡ ਰੱਖੀ ਆ ਵੀ ਸਿੰਪਲੀ ਵਾਂਟ ਕਿ ਇਹੋ ਜਿਹੇ ਲੋਕੀ ਤਮੰਨਾ ਸਹਿਰਾਵਤ ਵਰਗੇ ਫੈਕਲਟੀ ਹੋਣ ਜਾਂ ਕਿਤੇ ਵੀ ਹੋਣ ਇਹੋ ਜਿਹੇ ਲੋਕੀ ਐਗਜ਼ਿਸਟੈਂਸ 'ਚ ਨਹੀਂ ਹੋਣੇ ਚਾਹੀਦੇ ਆ ਜਿਹੜੇ ਗਲਤ ਮਿਸਗਾਈਡ ਕਰਦੇ ਸਾਡੀ ਯੂਥ ਨੂੰ ਗਲਤ ਡਾਇਰੈਕਸ਼ਨ 'ਤੇ ਲੈ ਕੇ ਜਾਂਦੇ ਆ ਤਾਂ ਸਾਡੀ ਸਿੰਪਲ ਜੀ ਡਿਮਾਂਡ ਹੈਗੀ ਹੈ ਦੈਟ ਯੂ ਜਸਟ ਗੋ ਅਵੇ ਫਰੋਮ ਹੇਅਰ ਐਂਡ ਸਮ ਅਨਦਰ ਪਰਸਨ ਸ਼ੁੱਡ ਬੀ ਅਪੁਆਇੰਟਡ ਓਵਰ ਐਸ ਸੂਨ ਐਸ ਪੋਸੀਬਲ ਕਿਉਂਕਿ ਇਹ ਬਹੁਤ ਜ਼ਿਆਦਾ ਗਲਤ ਹੈ ਪਰ ਦੇਖੀਏ ਕਿ ਨਾਲ ਨਾਲ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਕਿ ਪੋਸਟਰ ਜਿਵੇਂ ਲਗਾਤਾਰ ਤਿਆਰ ਹੋਈ ਜਾਂਦੇ ਨੇ ਖੈਰ ਹੁੰਦੇ ਹੀ ਆਮ ਕਰਕੇ ਚਾਹੇ ਯੂਨੀਵਰਸਿਟੀ ਦੀਆਂ ਇਲੈਕਸ਼ਨਸ ਹੋਣ ਸਟੂਡੈਂਟ ਕੌਂਸਲ ਦੀਆਂ ਜਾਂ ਦੂਜੇ ਪਾਸੇ ਕੋਈ ਮਸਲਾ ਤਾਂ ਪੋਸਟਰ ਇਸ ਹਿਸਾਬ ਦੇ ਨਾਲ ਤਿਆਰ ਹੋਣੇ ਸ਼ੁਰੂ ਹੋ ਜਾਂਦੇ ਨੇ ਗੱਲਾਂ ਬਹੁਤ ਵੱਡੀਆਂ ਲਿਖੀਆਂ ਨੇ ਪਰ ਲੱਗਦਾ ਨਹੀਂ ਤੁਹਾਨੂੰ ਕਿ ਜਿਵੇਂ ਇੱਕ ਵਾਰਡਨ ਦੇ ਨਾਲ ਮਸਲਾ ਉਲਝਿਆ ਹੋਇਆ ਹੈ ਤੁਹਾਨੂੰ ਲੱਗਦਾ ਵੀ ਇੰਨੀਆਂ ਵੱਡੀਆਂ ਗੱਲਾਂ ਲਿਖਣੀਆਂ ਜ਼ਰੂਰੀ ਨੇ ਬਿਲਕੁਲ ਜ਼ਰੂਰੀ ਹੈ ਸਰ ਅਗਰ ਹਮੇ ਆਪਣਾ ਹੱਕ ਚਾਹੀਏ ਤੋ ਇਹ ਚੀਜ਼ ਕਰਨੀ ਜ਼ਰੂਰੀ ਹੈ ਤਾਂ ਕਿ ਵਾਰਡਨ ਕੋ ਵੀ ਪਤਾ ਚੱਲੇ ਕਿ ਹਾਂ ਬੱਚੇ ਆਪਣੇ ਹੱਕ ਕੇ ਲਈ ਕਰ ਰਹੇ ਹੈ ਸਭ ਕੁਝ ਐਕਚੁਅਲੀ ਜੇ ਦੇਖਿਆ ਜਾਵੇ ਕਿ ਹੈਗਾ ਸੀ ਇਸ ਤਰ੍ਹਾਂ ਦਾ ਮਸਲਾ ਕਿ ਆਖਰਕਾਰ ਵਾਰਡਨ ਤੋਂ ਇੰਨਾ ਵੀ ਸਿੱਧੇ ਤੌਰ ਤੇ ਵਾਰਡਨ ਨੂੰ ਟਾਰਗੇਟ ਕਰਕੇ ਕਿ ਹਾਂ ਜੋ ਹੋ ਸਕਦਾ ਵੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਕੋਈ ਦਿੱਕਤਾਂ ਪਰੇਸ਼ਾਨੀਆਂ ਹੋਣ ਸਰ ਵੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਨਹੀਂ ਤੁਹਾਨੂੰ ਲੱਗਦਾ ਵੀ ਹੋ ਸਕਦਾ ਵੀ ਚੇਂਜਿੰਗ ਵਾਰਡਨ ਤਾਂ ਕਿਉਂਕਿ ਹੁੰਦਾ ਉਹਨੂੰ ਜੋ ਰੂਲ ਹੋਣਗੇ ਉਹਨੂੰ ਉਹਦੇ ਹਿਸਾਬ ਦੇ ਨਾਲ ਅੱਗੇ ਲਾਗੂ ਕਰਨਾ ਜੇ ਉਹ ਵਾਰਡਨ ਹੈਗੀ ਹੈ ਜੇ ਉਹਨੂੰ ਕੋਈ ਅਥਾਰਟੀਜ਼ ਦਿੱਤੀਆਂ ਹੋਈਆਂ ਨੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੈਨੂੰ ਕੋਈ ਅਥਾਰਟੀ ਦੇ ਦਿਓ ਮੇਰੀ ਪਾਰਟੀ ਵੱਲੋਂ ਮੈਨੂੰ ਕੋਈ ਅਥਾਰਟੀ ਮਿਲ ਜਾਏ ਤੇ ਮੈਂ ਗਲਤ ਉਹਦਾ ਮਿਸਯੂਜ਼ ਕਰਨ ਲੱਗ ਜਾਵਾਂ ਉਹ ਗਲਤੀ ਤਾਂ ਮੇਰੀ ਹੈ ਨਾ ਮੈਂ ਪਾਵਰ ਦਾ ਮਿਸਯੂਜ਼ ਕਰ ਰਹੀ ਹਾਂ ਤੇ
एंड क्यों है कुड़ियां नू गलत डायरेक्शन दे इत्थे बच्चे माइग्रेंट्स ने अडड एरिया तो आए हुए ने कुड़ियां इत्थे रहंदियां ने हरियाणे तो ने पंजाब तो ने हिमाचल तो ने इंटरनेशनली भी इत्थे स्टूडेंट आके पढ़दा ते तुसी उहनां नू की पंजाब यूनिवर्सिटी दा तुसी नाम बदनाम कर रहे हो एक तरह दा बाहर की जा रहा है फिर कि हाँ उत्थे यूनिवर्सिटी च ना भेजो इदा इदा करके होस्टल च हुंदा माड़ा ही हुंदा सो एजुकेशन ते भी क्वेश्चन मार्क आ जांदा कि की एजुकेशन भी की प्रोवाइड हो रही है यूनिवर्सिटी दे विच बिल्कुल ये देखिए कि बाकी भी बैठे ने के वीर उन्होंने नाल भी गल कर लांगे क्योंकि मसला जे कि हौली हौली वधदा जिहड़े हिसाब दे नाल आ गया भाई साहब देखिए अलग अलग सारी तुसी यूनियनां दे बैठे हो मसला सी एडा वड्डा कि आखिरकार वार्डन नूं सीधा जिवें हुण टारगेट कीता जा रहा है ते दूजे पासे बीजेपी तक सवाल खड़े करते कहिंदे जी बीजेपी ऐं चाहुंदी ये बीजेपी दा ही सिस्टम चल रहा है इत्थे होर सिस्टम कहदा चल रहा है वार्डन दे नाल जिहड़ी लड़ाई है साडी जाति लड़ाई थोड़ी ना इत्थे साडी जाति लड़ाई नहीं हैगी वार्डन साहब दे नाल इत्थे ना किसी व्यक्ति विशेष दे खिलाफ कोई लड़ाई है साडी लड़ाई तां इत्थों दे सिस्टम दे खिलाफ है इतों का सिस्टम सिर्फ कुड़िया के खिलाफ नहीं है इतों का सिस्टम स्टूडेंट्स के खिलाफ है माहौल नहीं है कह रहे हो पढ़ना स्टूडेंट्स के खिलाफ का माहौल है इत इतने पुछू की जथेबंदी वालों बैठे हैं इतने और बहुत पार्टियां बैठिया ने इतने सारी मिलकर बैठिया ने कद किसी की गिणती धरने से वध हो जाती किसी की जगह घट हो जाती है पर एक यूनिटी है एक यूनिटी फैक्टर है पंजाब यूनिवर्सिटी के जोड़ा कट्ठे होके सिस्टम के खिलाफ लड़ना ते सिस्टम नू बेहतर करना अज कुड़ियां दी लड़ाई है सारे खड़े हैं इत्थे कुड़ियां बैठियां ने वक्-वक् जथेबंदियां तो कुड़ियां बैठियां ने वक्-वक् पार्टी तो बंदे बैठे ने इत्थे चलो प्रोटेस्ट तुसी लाया होया शुरू कासे वास्ते हो गया कासे वास्ते नहीं देखो मैं ना एक गल करदा कि वरी ना बंदा इंसान तुरया जांदा उहनू लगदा कि धूड़ धूड़ है पर जो धूड़ नेरी नेरी वज के अखा च वजदी है ना फिर उन्होंने अखा उदी खोलदियां ने कि यार मैं गलत उस तरह एक तरीके का कुछ किसी ने वर्ती रहा किया हाँ मतलब कि उदी कुछ वो क्यों बनना पे ना उदे पिछे एक रीजन समझो कि जड़ा कुड़िया ने यतन किया जेडे उन्होंने अपने एफर्ट्स दिखाए ने उन्होंने कुछ होया तो वो अगे जाके खड़िया हुई ने कि साढ़े नाल ये प्रॉब्लम हुई है तो आप इस चीज़ को इस तरीके से टैकल करना तो उस हिसाब नाल चीज़ा चलिया ने तो हुण लोग अपने हिसाब नाल खड़े ने ਉਹ ਆਪਣੀਆਂ ਗੱਲਾਂ ਆਪਣੀ ਅੱਗੇ ਰੱਖ ਰਹੇ ਨੇ ਆਪਾਂ ਆਪਣੀਆਂ ਭੈਣਾਂ ਨਾਲ ਖੜੇ ਆ ਤੇ ਅਸੀਂ ਖੜੇ ਰਵਾਂਗੇ ਇਦਾਂ ਹੀ ਪ੍ਰੋਟੈਸਟ ਚੱਲਦਾ ਰਹੂਗਾ ਜਦ ਤੱਕ ਵੀ ਸਾਡੀ ਆਵਾਜ਼ ਉਹਨਾਂ ਦੇ ਕੰਨੀ ਨਹੀਂ ਪਹੁੰਚਦੀ ਜਦ ਤੱਕ ਉਹ ਨਹੀਂ ਹਿਲਦੇ ਜਦ ਤੱਕ ਉਹ ਤਮੰਨਾ ਸ਼ਰਾਵਤ ਨੂੰ ਇਹ ਹਿਸਾਬ ਨਹੀਂ ਸਿਖਾਉਂਦੇ ਕਿ ਵੀ ਕੋਈ ਛੋਟਾ ਨਹੀਂ ਹੈ ਕੋਈ ਸਟੂਡੈਂਟ ਨਹੀਂ ਹੈ ਇਹ ਬਹੁਤ ਵੱਡੀ ਪੋਲਿਟਿਕਸ ਹੈ ਤੁਸੀਂ ਉਹ ਵੀ ਇਹ ਸਮਝਣ ਇਸ ਗੱਲ ਨੂੰ ਤੇ ਆਪਾਂ ਉਸ ਗੱਲ ਦੇ ਲਈ ਆਪਾਂ ਤਿਆਰ ਹਾਂ ਹਮੇਸ਼ਾ ਬਈ ਗੱਲ ਹੋਰ ਵੀ ਹੈ ਇੱਕ ਗੱਲ ਦੇਖਣ ਵਾਲੀ ਇਹ ਹੈ ਯੂਨੀਵਰਸਿਟੀ ਦਾ ਪਹਿਲਾ ਸਟੇਕ ਹੋਲਡਰ ਕੌਣ ਹੈ ਜਿਹੜਾ ਸਟੂਡੈਂਟ ਹੈ ਉਹ ਪਹਿਲਾ ਸਟੇਕ ਹੋਲਡਰ ਹੈ ਸਟੂਡੈਂਟ ਹੋਸਟਲ ਦੇ ਬਾਹਰ ਜੇ ਇੱਕ ਬੱਚਾ ਵੀ ਬੈਠਿਆ ਹੋਵੇ ਤਾਂ ਹੋਸਟਲ ਦਾ ਵਾਰਡਨ ਬਦਲਿਆ ਜਾਣਾ ਚਾਹੀਦਾ ਹੈ ਅੱਜ ਕਿੰਨੇ ਬੈਠੇ ਨੇ ਇੱਥੇ ਕੈਮਰਾ ਆਪਦਾ ਤੁਸੀਂ ਘੁਮਾ ਲਓ ਸਟੂਡੈਂਟ ਹੀ ਸਟੂਡੈਂਟ ਨੇ ਭਾਵੇਂ ਸਟੇਕ ਪਹਿਲਾ ਸਟੇਕ ਹੋਲਡਰ ਦਾ ਡਿਸੀਜਨ ਆਖਰੀ ਡਿਸੀਜਨ ਹੁੰਦਾ ਹੈ ਤੇ ਪਹਿਲਾ ਸਟੇਕ ਹੋਲਡਰ ਚਾਹੁੰਦਾ ਹੋਸਟਲ ਦਾ ਵਾਰਡਨ ਰਿਜ਼ਾਈਨ ਕਰੇ ਤੇ ਰਿਜ਼ਾਈਨ ਕਰਾ ਕੇ ਹਟਾਂਗੇ ਮੰਗ ਇੰਨੀ ਹੈ ਭਾਵੇਂ ਇਲੈਕਸ਼ਨ ਆ ਜਾਵੇ ਨਿਕਲ ਜਾਵੇ ਇਲੈਕਸ਼ਨ ਹੈ ਇਹਦਾ ਕੋਈ ਮੋਟਿਵ ਨਹੀਂ ਕਿਸੇ ਜਥੇਬੰਦੀ ਦਾ ਇੱਥੇ ਬੈਠ ਕੇ ਸਾਰਿਆਂ ਨੇ ਕਲੀਅਰ ਕਰਤਾ ਵਾਰਡਨ ਹਟ ਕੇ ਰਹੂਗੀ ਤੇ ਵਾਰਡਨ ਦੇ ਖਿਲਾਫ ਡਟ ਕੇ ਲੜਾਈ ਲੜਾਂਗੇ ਜਦੋਂ ਤੱਕ ਲੜਕੀਆਂ ਸੈਟੀਸਫਾਈ ਨਹੀਂ ਹੁੰਦੀਆਂ ਬਿਲਕੁਲ ਇਹ ਹੁਣ ਜੇ ਦੇਖੀਏ ਕਿ ਸ਼ੁਰੂਆਤ ਕਿਸੇ ਗੱਲ ਤੋਂ ਹੋਈ ਤੇ ਹੁਣ ਆਖਰ ਜਿਸ ਟਿਕਾਣੇ ਤੇ ਆ ਕੇ ਖੜੀ ਹੋ ਗਈ ਹੈ ਇੱਕ ਸਭ ਤੌਰ ਤੇ ਕਿਤੇ ਨਾ ਕਿਤੇ ਜੇ ਕਿਹਾ ਜਾਵੇ ਕਿ ਜਦੋਂ ਗੱਲ ਆਉਂਦੀ ਹੈ ਕਿ ਬੀਜੇਪੀ ਆਖਰੇ ਕਰਾ ਰਹੀ ਹੈ ਖੈਰ ਬੀਜੇਪੀ ਕਰਾ ਰਹੀ ਹੈ ਜਾਂ ਨਹੀਂ ਪਤਾ ਨਹੀਂ ਪਰ ਸਟੂਡੈਂਟਸ ਨੇ ਇੱਕ ਗੱਲ ਸਪਸ਼ਟ ਕਰਤੀ ਕਿ ਜਿੰਨੇ ਦਿਨ ਤੱਕ ਹੁਣ ਮਸਲਾ ਹੱਲ ਨਹੀਂ ਹੁੰਦਾ ਹੈਗਾ ਕਿਉਂਕਿ ਸਿੱਧੀ ਜੀ ਗੱਲ ਹੈ ਇਹਨਾਂ ਦੀ ਕਹਿੰਦੇ ਕਿ ਵਾਰਡਨ ਨੂੰ ਹੈ ਜਿਹੜਾ ਕਿ ਬਦਲਿਆ ਜਾਣਾ ਚਾਹੀਦਾ ਕਿ ਵਾਰਡਨ ਦੇ ਕਰਕੇ ਹੀ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋਇਆ ਤੇ ਆਖਰ ਕਰਕੇ ਹੁਣ ਮਾਮਲਾ ਤਾਂ ਜੇ ਕਿਹਾ ਜਾਵੇ ਹੁਣ ਐਡਮਿਨਿਸਟ੍ਰੇਸ਼ਨ ਹਾਲਾਤ ਨੂੰ ਵਾਚ ਕਰ ਰਹੀ ਆ ਹੁੰਦਾ ਕੀ ਇਹ ਦੇਖਣਾ ਹੋਊ ਪਰ ਸਟੂਡੈਂਟਸ ਆਪਦਾ ਇਕੱਠੇ ਹੋ ਕੇ ਇੰਨੀ ਗੱਲ ਜ਼ਰੂਰ ਕਹਿ ਗਏ ਕਿ ਯੂਨੀਅਨਾਂ ਤੋਂ ਉੱਪਰ ਉੱਠ ਕੇ ਅਸੀਂ ਇਸ ਮਸਲੇ ਨੂੰ ਨਜਿੱਠ ਰਹੇ ਹਾਂ ਵੀਡੀਓ ਜਰਨਲਿਸਟ ਅਸ਼ੋਕ ਦੇ ਨਾਲ ਸੁਖਮੀ ਸਿੰਘ ਸਕਰੋਲ ਪੰਜਾਬ ਚੰਡੀਗੜ੍ਹ